24 ब्रेक तो बाद हुण असीं सिख यूथ आफ अमेरिका दे आगू भाई सरदार संतोख सिंह जी नाल गलबात करन जा रहे हैं जिहड़े कि इस वेले साना डैलस टैक्सस तो फोन लाइन ते जुड़ चुके ने। जी भाई साहब, वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਸਭ ਤੋਂ ਪਹਿਲਾਂ ਮੈਂ ਸਿੱਖ ਯੂਥ ਆਫ ਅਮੈਰੀਕਾ ਵੱਲੋਂ ਟੀਵੀ 84 ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਖਾਸ ਤੌਰ ਤੇ ਡਾਕਟਰ ਅਮਰਜੀਤ ਸਿੰਘ ਹੁੰਦੇ ਤਹਿ ਦੇ ਤੋਂ ਸਹਿਭਾਗੀ ਹੁੰਦੇ ਹੋਏ ਫਤਿਹ ਅੱਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਅੱਜ ਸਭ ਤੋਂ ਪਹਿਲਾਂ ਤੁਸੀਂ ਖਾਲਿਸਤਾਨ ਐਲਾਨ ਦਿਵਸ ਦੀ 28ਵੀਂ ਵਰੇਗੰਢ ਦੇ ਮੌਕੇ ਸਿੱਖ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਜੀ ਸਿੱਖ ਯੂਥ ਆਫ ਅਮੈਰੀਕਾ ਵੱਲੋਂ ਸਮੂਹ ਸਿੱਖ ਜੰਗਤ ਜਿਹੜੀ ਵੀ ਇਸ ਮੀਡੀਆ ਦੇ ਰਾਹੀਂ ਸਾਡੇ ਨਾਲ ਸਾਡੇ ਸਰੋਤ ਸੁਣ ਰਹੇ ਨੇ, ਸਾਰਿਆਂ ਨੂੰ ਇਸ ਖਾਲਿਸਤਾਨ ਡੈਕਲਰੇਸ਼ਨ ਡੇ ਦੀ ਜਿਹੜੀ ਹੈ ਵਧਾਈ ਦੇਣੀ ਚਾਹੁੰਦਾ। ਇਸ ਦਿਨ ਦੇ ਉੱਤੇ ਖਾਲਿਸਤਾਨ ਦੀ ਆਰੰਭਤਾ ਦੀ, ਖਾਲਿਸਤਾਨ ਦੀ ਜਿਹੜੀ ਅਸੀਂ ਨੀਂਹ ਪੱਥਰ ਰੱਖਿਆ, ਉਹਦਾ ਐਲਾਨਨਾਮਾ ਅਕਾਲ ਤਖ਼ਤ ਸਾਹਿਬ ਜੀ ਤੋਂ ਹੋਇਆ ਸੀਗਾ। ਜਿਹੜਾ ਅੱਜ ਤੋਂ 28 ਸਾਲ ਪਹਿਲਾਂ 26 ਜਨਵਰੀ 1986 ਨੂੰ ਸਰਬੱਤ ਖਾਲਸਾ ਹੋਇਆ, ਜਿਹੜਾ ਪੰਜਾਬ ਦੇ ਅੰਦਰ ਹਿੰਦੁਸਤਾਨ ਦੀ ਬਾਹਮਣਵਾਦ ਹਕੂਮਤ ਨੇ ਸਿੱਖਾਂ ਨੂੰ ਬਿਲਕੁਲ ਖਤਮ ਕਰਨ ਦੇ ਇਰਾਦੇ ਨਾਲ ਜਿਹੜਾ ਤੀਸਰਾ ਘੱਲੂ ਘਰਾ ਕੌਮ ਦੇ ਨਾਲ ਵਾਪਰਿਆ, ਜਿਹੜੀ ਸ਼ੁਰੂਆਤ 1977 ਕੀਤੀ ਸੀ, ਜਿਹਦੀ ਅੱਜ ਤੱਕ ਸ਼ੁਰੂਆਤ ਆ, ਉਹਦਾ ਜਿਹੜਾ ਦੋ ਦਹਾਕੇ ਲਗਾਤਾਰ ਚੱਲਿਆ ਤੇ ਜਿਹਦੇ ਵਿੱਚ 20ਵੀਂ ਸਦੀ ਦੇ ਮਹਾਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਆਖਰੀ ਬਚਨ ਜਿਹੜੇ ਸਾਰੇ ਵੀਰ ਬੜੀ ਚੰਗੀ ਤਰ੍ਹਾਂ ਜਿਹਨਾਂ ਨੇ ਸੁਣੇ ਨੇ, ਤੇ ਜਦੋਂ ਵੀ ਇਸ ਹਕੂਮਤ ਦੇ ਆਰਮੀ ਦੇ ਪੈਰ ਹਰਿਮੰਦਰ ਸਾਹਿਬ ਦੀ ਧਰਤੀ ਤੇ ਪੈਣਗੇ ਤਾਂ ਉਸ ਦਿਨ ਖਾਲਿਸਤਾਨ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਜਦੋਂ ਇਹ ਘਟਨਾ ਵਾਪਰ ਚੁੱਕੀ ਸੀ 1984 ਤੋਂ ਬਾਅਦ 1986 ਦੇ ਵਿੱਚ ਜਦੋਂ ਪੂਰੇ ਸਰਬੱਤ ਖਾਲਸੇ ਦਾ ਇੱਕ ਬਹੁਤ ਵੱਡਾ ਇਕੱਠ ਹੋਇਆ 26 ਜਨਵਰੀ 1986 ਨੂੰ, ਤੇ ਉਹਦੇ ਵਿੱਚ 5 ਮੈਂਬਰੀ ਪੰਥਕ ਕਮੇਟੀ ਦੀ ਜਿਹੜੀ ਆ ਸਰਬੱਤ ਖਾਲਸਾ ਨੇ ਚੋਣ ਕੀਤੀ ਤੇ ਉਹਦੇ ਵਿੱਚ ਇਹ ਵਿਸ਼ਾ ਵਿਚਾਰਿਆ ਗਿਆ, ਅਧੀਨ ਵਿਚਾਰ ਦੇ ਅਧੀਨ ਲੰਮੇ ਸੋਚ ਦੇ ਅਧੀਨ ਇਹਨੂੰ ਕੀਤਾ ਗਿਆ ਕਿ ਖਾਲਿਸਤਾਨ ਦੀ ਜਿਹੜੀ ਡੈਕਲਰੇਸ਼ਨ ਹੈ ਉਹ ਹੁਣ ਕਦੋਂ ਤੇ ਕਿੱਦਾਂ ਕਰ ਰਹੀ ਹੈ, ਜਿਹਦੇ ਤਹਿਤ ਦੁਬਾਰਾ ਫਿਰ 13 ਅਪ੍ਰੈਲ 1986 ਨੂੰ ਦੁਬਾਰਾ ਸਰਬੱਤ ਖਾਲਸਾ ਸੱਦਿਆ ਗਿਆ ਤੇ ਉਹਦੇ ਵਿੱਚ ਇਹਦੀ ਜਿਹੜੀ ਖਾਲਸਾ ਡੈਕਲਰੇਸ਼ਨ ਦੀ ਜਿਹੜੀ ਪੰਥਕ ਕਮੇਟੀ ਨੇ ਜਿਹੜੀ ਉਹਦੀ ਰੂਪਰੇਖਾ ਤਿਆਰ ਕੀਤੀ ਗਈ ਉਹਨੂੰ ਪ੍ਰਵਾਨਗੀ ਦਿੱਤੀ ਗਈ 29 ਅਪ੍ਰੈਲ 1986 ਨੂੰ। ਅੱਜ ਦੇ ਦਿਨ, ਅੱਜ ਤੋਂ 28 ਸਾਲ ਪਹਿਲਾਂ ਖਾਲਸਾ ਸਾਹਿਬ ਤੋਂ ਐਲਾਨਨਾਮਾ ਕੀਤਾ ਗਿਆ, ਜਿਹਦੇ ਸ਼ਬਦ ਜਿਹੜੇ ਨੇ ਉਦਾਸ ਪੜ੍ਹ ਕੇ ਸੁਣਾਉਣਾ ਚਾਹੁੰਦਾ, ਉਦੋਂ ਪੰਥਕ ਕਮੇਟੀ ਵੱਲੋਂ ਪ੍ਰਵਾਨ ਕੀਤੇ ਗਏ ਸ਼ਬਦ ਅੱਜ ਦੇ ਸੁਭਾਗ ਦਿਹਾੜੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਾਰੀ ਦੁਨੀਆ ਅਤੇ ਸਾਰੇ ਮੁਲਕਾਂ ਦੀਆਂ ਸਰਕਾਰਾਂ ਹਕੂਮਤਾਂ ਦੇ ਸਾਹਮਣੇ ਐਲਾਨ ਕਰਦਾ ਹੈ ਅਤੇ ਉਹਨਾਂ ਨੂੰ ਸੂਚਿਤ ਕਰਦਾ ਹੈ ਕਿ ਅੱਜ ਤੋਂ ਖਾਲਸਾ ਪੰਥ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ, ਜਿੱਥੇ ਸਿੱਖਾਂ ਦੇ ਬੋਲਬਾਲੇ, ਝੰਡੇ, ਬੁੰਗੇ ਅਤੇ ਚੌਂਕੀਆਂ ਸਦਾ ਲਈ ਅਟਲ ਹੋਣਗੀਆਂ। ਇੱਥੇ ਸਰਬੱਤ ਦਾ ਭਲਾ ਮੰਗਣ ਵਾਲੀਆਂ ਅਤੇ ਦਸਾਂ ਨੂੰਹਾਂ ਦੀ ਕਿਰਤ ਕਮਾਈ ਕਰਨ ਵਾਲੀਆਂ ਦਾ ਰਾਜ ਭਾਗ ਉੱਤੇ ਪੂਰਾ ਕੰਟਰੋਲ ਹੋਵੇਗਾ। ਉਹਦੇ ਤਹਿਤ ਜਿਹੜਾ ਬੜੇ ਇਹਨਾਂ ਲਫ਼ਜ਼ਾਂ ਦੇ ਤਹਿਤ ਜੋ ਕਲੀਅਰ ਕੀਤਾ ਜਾਂਦਾ ਕਿ ਜਿਹੜੀ ਆ ਨੇਕ ਕਮਾਈ ਕਰਨ ਵਾਲੇ ਜਿਹੜੇ ਗੁਰਸਿੱਖ ਹੋਣਗੇ ਉਹੀ ਪੰਜਾਬ ਦੇ ਰਾਜ ਭਾਗ ਦੇ ਮਾਲਕ ਹੋਣਗੇ, ਅੱਜ ਦੀ ਤਰ੍ਹਾਂ ਜਿਹੜੇ ਨੇ ਲੁੱਟਣ ਵਾਲੇ ਜਾਂ ਕਿਸੇ ਚੀਜ਼ ਦਾ ਕੁਰਸੀ ਦੇ ਪਿੱਛੇ ਲਾ ਕੇ ਜ਼ਮੀਰਾਂ ਵੇਚਣ ਵਾਲੇ ਆਦਮੀ ਦੇ ਹੱਥ ਵਿੱਚ ਰਾਜ ਭਾਗ ਨਹੀਂ ਹੋਵੇਗਾ। ਹਾਂਜੀ ਜੀ, ਬਿਲਕੁਲ ਬਿਲਕੁਲ ਵੀਰ ਜੀ, ਤੇ ਵੀਰ ਜੀ ਤੁਸੀਂ ਕੀ ਸਮਝਦੇ ਹੋ ਕਿ ਇਹਨਾਂ 28 ਸਾਲਾਂ ਵਿੱਚ ਖਾਲਿਸਤਾਨ ਦੀ ਲਹਿਰ ਕਿੱਥੇ ਕੁ ਪਹੁੰਚੀ ਹੈ, ਕਿ ਅਸੀਂ ਆਪਣੀ ਮੰਜ਼ਿਲ ਤੋਂ ਭਟਕ ਤਾਂ ਨਹੀਂ ਗਏ, ਇਸ ਬਾਰੇ ਜਾਣਕਾਰੀ ਦਿਓ। ਨਹੀਂ ਭੈਣ ਜੀ, ਬਿਲਕੁਲ ਖਾਲਿਸਤਾਨ ਦੇ ਨਾਲ ਨਾਲ ਜਿਸ ਦ੍ਰਿੜਤਾ ਦੇ ਨਾਲ ਪੰਥਕ ਕਮੇਟੀ ਦੇ ਆਪਣੇ ਬਾਬਾ ਗੁਰਭਜਨ ਸਿੰਘ ਮਨੋਚਾਲ ਹੋਣਾ ਦੀ ਜਥੇਦਾਰ ਦੇ ਅੰਦਰ ਜਿਹੜੀ ਜਿਸ ਦ੍ਰਿੜਤਾ ਦੇ ਨਾਲ ਉਸ ਅਕਾਲ ਤਖ਼ਤ ਸਾਹਿਬ ਤੋਂ ਇਹ ਐਲਾਨਨਾਮਾ ਕੀਤਾ ਗਿਆ, ਨਿਸ਼ਚੇ ਕਰ ਆਪਣੀ ਜੀਤ ਕਰੋ ਦੇ ਸਿਧਾਂਤ ਦੇ ਅਨੁਸਾਰ ਗੁਰੂ ਸਾਹਿਬ ਨੇ ਕਹੇ ਹੋਏ ਬਚਨ ਦੇ ਉੱਤੇ ਨਿਸ਼ਚੇ ਕਰਕੇ ਜਿਹੜਾ ਐਲਾਨ ਕੀਤਾ ਗਿਆ ਉਹ ਹਰ ਹਾਲਤ ਵਿੱਚ ਪ੍ਰਵਾਨ ਹੋਵੇਗਾ, ਹਰ ਹਾਲਤ ਵਿੱਚ ਖਾਲਿਸਤਾਨ ਬਣੇਗਾ। ਇੱਕ ਵੱਖਰੀ ਗੱਲ ਹੈ ਕਿ ਹਿੰਦੁਸਤਾਨ ਦੀ ਧਰਤੀ ਦੇ ਅੰਦਰ ਬਾਹਮਣ ਦੀ ਕੈਦ ਦੇ ਵਿੱਚ ਜਿਹੜੇ ਸਾਡੇ ਜਿਹੜੇ ਉੱਥੇ ਦੇ ਸਾਡੇ ਬੜੇ ਜਾਗਰੂਕ ਵੀਰ ਨੇ, ਸਾਡੀ ਜਥੇਬੰਦੀ ਜਿਹੜੀ ਸੰਘਰਸ਼ ਕਰ ਰਹੀਆਂ ਨੇ, ਪਰ ਬਹੁਤ ਸਾਡੇ ਜਿਹੜੇ ਘੱਟ ਗਿਣਤੀ ਜਿਹੜੇ ਬੰਦੇ ਨੇ, ਜਿਹੜੇ ਘੱਟ ਤੋਂ ਬਹੁਤ ਘੱਟ ਗਿਣਤੀ ਦੇ ਜਿਹੜੇ ਕੇਸਾਂ ਧਾਰੀ ਹੁੰਦੇ ਹੋਏ ਵੀ ਆਪਣੀਆਂ ਕੁਰਸੀਆਂ ਦੇ ਪਿੱਛੇ ਲੱਗ ਕੇ ਉਹਨਾਂ ਦੇ ਚਪਲ ਚੱਟ ਬਣ ਕੇ ਆਪਣੀ ਕੌਮ ਦਾ ਨੁਕਸਾਨ ਕਰਨ ਵਾਸਤੇ ਤੁਰੇ ਹੋਏ ਨੇ, ਪਰ ਇਹ ਸਮਾਂ ਸਦਾ ਨਹੀਂ ਰਹਿਣਾ। ਪਰ ਹਿੰਦੁਸਤਾਨ ਦੀ ਉਸ ਗੁਲਾਮੀ ਤੋਂ ਬਾਹਰ ਵਸਦਾ ਸਿੱਖ, ਪੂਰੀ ਦੁਨੀਆਂ ਚ ਵਸਦਾ ਸਿੱਖ ਅੱਜ ਖਾਲਿਸਤਾਨ ਦੇ ਨਾਲ ਬਿਲਕੁਲ ਹਰ ਤਰ੍ਹਾਂ ਨਾਲ ਖੜਾ ਹੈ,
ਤੁਸੀਂ ਪਿਛਲੇ ਦਿਨਾਂ ਦੇ ਵਿੱਚ ਪੜ੍ਹੇ, ਹਰ ਮੇਰੇ ਵੀਰ ਨੇ ਮੀਡੀਆ ਰਾਹੀਂ ਦੇਖਿਆ ਹੋਵੇਗਾ ਕਿਸ ਤਰ੍ਹਾਂ ਕੈਨੇਡਾ, ਇੰਗਲੈਂਡ ਤੇ ਅਮਰੀਕਾ ਦੀ ਧਰਤੀ ਤੇ ਉੱਥੇ ਵੀ ਖਾਲਸਾ ਡੇ ਨੂੰ ਕਿਸ ਤਰੀਕੇ ਨਾਲ ਮਨਾਇਆ ਜਾ ਰਿਹਾ। ਸਿੱਖ ਅਮਰੀਕਾ ਵੱਲੋਂ ਅਮਰੀਕਾ ਦੇ ਹਰ ਗੁਰੂ ਘਰ ਦੇ ਪ੍ਰਬੰਧਕ ਵੀਰਾਂ ਦਾ ਸਹਿਯੋਗ ਦੇ ਨਾਲ ਖਾਲਸਾ ਡੈਕਲਰੇਸ਼ਨ ਡੇ ਜਿਹੜਾ ਆਉਣ ਵਾਲੇ ਸੰਡੇ ਨੂੰ 4 ਤਰੀਕ ਨੂੰ ਮਨਾਇਆ ਜਾਵੇਗਾ। ਇਸ ਵਾਸਤੇ ਕਿਸੇ ਵੀ ਹਾਲਤ ਦੇ ਵਿੱਚ ਕੋਈ ਵੀ ਇਹੋ ਜਿਹੀ ਡਾਊਨ ਗੱਲ ਨਹੀਂ ਕਿ ਸਾਡੇ ਕੁਛ ਵੀਰ ਜਿਹੜੇ ਨੇ ਉਹ ਗਦਾਰੀ ਦੀ ਲੈਣ ਤੇ ਤੁਰੇ ਨੇ, ਬਾਕੀ ਸਾਰੀ ਸਿੱਖ ਕੌਮ ਜਿਹੜੀ ਆ ਉਹ ਉਸ ਗੱਲਬਾਤ ਦਾ ਟੀਵੀ 84 ਦੇ 1 ਸਾਲ ਪੂਰਾ ਹੋਣ ਤੇ ਅਸੀਂ ਆਪ ਸਭ ਦਰਸ਼ਕਾਂ ਅਤੇ ਸਰੋਤਿਆਂ ਨੂੰ ਮੁਬਾਰਕਬਾਦ ਦਿੰਦੇ ਹਾਂ ਅਤੇ ਧੰਨਵਾਦ ਵੀ ਕਰਦੇ ਹਾਂ, ਕਿਉਂਕਿ ਟੀਵੀ 84 ਦੀ ਇਸ ਸਫਲਤਾ ਵਿੱਚ ਆਪ ਸਭਨਾਂ ਦਾ ਵਡਮੁੱਲਾ ਯੋਗਦਾਨ ਹੈ। ਅਸੀਂ ਆਸ ਕਰਦੇ ਹਾਂ ਕਿ ਸਾਨੂੰ ਤੁਹਾਡੇ ਕੋਲੋਂ ਇਸੇ ਤਰ੍ਹਾਂ ਦਾ ਸਹਿਯੋਗ ਮਿਲਦਾ ਰਹੇਗਾ। ਆਪ ਸਭ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਟੀਵੀ 84 ਆਪਣੇ ਦਰਸ਼ਕਾਂ ਦੀ ਪੁਰਜ਼ੋਰ ਮੰਗ ਅਤੇ ਪਿਆਰ ਨੂੰ ਵੇਖਦੇ ਹੋਏ ਆਪਣਾ ਦਾਇਰਾ ਵਧਾਉਣ ਜਾ ਰਿਹਾ ਹੈ। ਤੁਸੀਂ ਹੁਣ ਕੇਵਲ ਦਰਸ਼ਕ ਹੀ ਨਹੀਂ ਸਗੋਂ ਇਸ ਸਮੁੱਚੇ ਕੌਮੀ ਕਾਰਜ ਦੇ ਭਾਗੀਦਾਰ ਵੀ ਬਣ ਸਕਦੇ ਹੋ ਅਤੇ ਸਹਿਯੋਗ ਦੇ ਨਾਲ ਨਾਲ ਆਪਣੇ ਸੁਝਾਅ ਵੀ ਦੱਸ ਸਕਦੇ ਹੋ ਸਾਡੇ ਇਸ ਪਤੇ ਤੇ। ਜਿਸ ਤਰ੍ਹਾਂ ਬ੍ਰੇਕ ਤੋਂ ਬਾਅਦ ਹੁਣ ਫਿਰ ਤੁਹਾਨੂੰ ਅਸੀਂ ਸਿੱਖ ਯੂਥ ਆਫ ਅਮੈਰੀਕਾ ਦੇ ਆਗੂ ਭਾਈ ਸੰਤੋਖ ਸਿੰਘ ਜੀ ਨਾਲ ਸਵਾਲਾਂ ਦਾ ਸਿਲਸਿਲਾ ਅਸੀਂ ਸ਼ੁਰੂ ਕਰਦੇ ਤੁਹਾਨੂੰ ਮਿਲਾਉਣ ਜਾ ਰਹੇ ਹਾਂ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਭਾਈ ਸਾਹਿਬ, ਅਗੇਨ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭੈਣ ਜੀ। ਜੀ ਵੀਰ ਜੀ, ਅਸੀਂ ਸਾਡੇ ਕੋਲ ਬਹੁਤ ਟਾਈਮ ਘੱਟ ਰਹਿ ਗਿਆ, ਸਾਡੇ ਕੋਲ 2 ਬਹੁਤ ਇੰਪੋਰਟੈਂਟ ਕੁਐਸਚਨ ਨੇ। ਸਭ ਤੋਂ ਪਹਿਲਾਂ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ, ਜਿਵੇਂ ਕਿ ਅਮਰੀਕਾ ਦੇ ਵਿੱਚ ਸਿੱਖ ਯੂਥ ਆਫ ਅਮਰੀਕਾ ਜਥੇਬੰਦੀ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਹੋਂਦ ਦੇ ਵਿੱਚ ਆਈ ਸੀ ਅਤੇ ਹਮੇਸ਼ਾ ਸੰਘਰਸ਼ ਦੀ ਝੰਡਾ ਬਰਦਾ ਰਹੀ ਹੈ। ਹੁਣ ਇਸ ਜਥੇਬੰਦੀ ਦੀ ਖਾਲਿਸਤਾਨ ਦੀ ਪ੍ਰਾਪਤੀ ਲਈ ਕੀ ਕਾਰਗੁਜ਼ਾਰੀ ਹੈ, ਇਸ ਬਾਰੇ ਜਾਣਕਾਰੀ ਦਿਓ। ਸਿੱਖ ਅਮਰੀਕਾ ਜਿਸ ਤਰ੍ਹਾਂ ਲੰਮੇ ਸਮੇਂ ਤੋਂ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਉਹਦੇ ਵਿੱਚ ਆਈ ਸੀ, ਉਸੇ ਤਰ੍ਹਾਂ ਅੱਜ ਤੱਕ ਵੀ ਇਹ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਜਿਹੜੇ ਆਪਣਾ ਜਿਹੜਾ ਸੰਘਰਸ਼ ਹੈ ਜਾਰੀ ਆ। ਖਾਲਿਸਤਾਨ ਡੈਕਲਰੇਸ਼ਨ ਡੇ ਜਿਹੜਾ ਅਸੀਂ ਪੂਰੇ ਅਮਰੀਕਾ ਦੇ ਅੰਦਰ ਤਕਰੀਬਨ ਸਾਰੇ ਜੁੰਦੀ ਜਾਤ ਦੀ ਜ਼ਮੀਨ ਵਾਲੇ ਗੁਰੂ ਘਰਾਂ ਦੀ ਪ੍ਰਬੰਧਕ ਕਮੇਟੀ ਦੇ ਨਾਲ ਮਿਲ ਕੇ ਹਰ ਗੁਰੂ ਘਰ ਦੇ ਵਿੱਚ ਹੀ ਕੋਸ਼ਿਸ਼ ਕਰਾਂਗੇ ਖਾਲਿਸਤਾਨ ਡੈਕਲਰੇਸ਼ਨ ਡੇ ਜਿਹੜਾ ਮਨਾਇਆ ਜਾ ਰਿਹਾ ਤੇ ਹਰ ਮੌਕੇ ਦੇ ਉੱਤੇ ਜਿਹੜੀਆਂ ਇੱਥੋਂ ਦੀਆਂ ਹਿੰਦੁਸਤਾਨ ਦੀਆਂ ਅੰਬੈਸੀਆਂ ਨੇ, ਉਹਨਾਂ ਦੇ ਕੌਂਸਲੇਟ ਆਫਿਸ ਨੇ, ਮੌਕੇ ਮੌਕੇ ਤੇ ਹਰ ਜਗ੍ਹਾ ਜਿਹੜਾ ਉਹਦਾ ਉਹਨਾਂ ਦੇ ਸਾਹਮਣੇ ਜਾ ਕੇ ਪ੍ਰੋਟੈਸਟ ਕੀਤਾ ਜਾਂਦਾ, ਮੈਮੋਰੈਂਡਮ ਦਿੱਤੇ ਜਾਂਦੇ ਨੇ, ਦੱਸਿਆ ਜਾਂਦਾ ਤੇ ਹਰ ਤਰੀਕੇ ਦੇ ਨਾਲ ਜਿਹੜੀ ਆ ਜਿਹੜੀ ਆਪੋ ਆਪਣੇ ਇਲਾਕੇ ਦੇ ਵਿੱਚ ਜਿਹੜੇ ਸਾਡੇ ਵੀਰ ਸਰਗਰਮ ਨੇ ਉਹ ਸਾਰੇ ਵੀਰਾਂ ਨੂੰ ਸਰਗਰਮ ਕੀਤਾ ਜਾਂਦਾ, ਦੱਸਿਆ ਜਾਂਦਾ ਕਿ ਸਿੱਖ ਰਾਜ ਤੋਂ ਬਿਨਾਂ ਜਿਹੜਾ ਉਹ ਸਿੱਖਾਂ ਦੀ ਜਿਹੜੀ ਆ ਉਹਦਾ ਕੋਈ ਗੁਜ਼ਾਰਾ ਨਹੀਂ। ਜਿੰਨੀਆਂ ਵੀ ਛੋਟੀਆਂ ਮੋਟੀਆਂ ਗੱਲਾਂ ਨੇ ਉਹਨਾਂ ਸਿਰਫ ਆਖਰੀ ਜਿਹੜਾ ਨਿਸ਼ਾਨਾ ਸਿੱਖ ਰਾਜ ਦਾ ਖਾਲਿਸਤਾਨ ਦੇ ਖਾਲਸਾ ਦੀ ਪ੍ਰਾਪਤੀ ਵਾਸਤੇ ਲੋਕਾਂ ਨੂੰ ਜਿਹੜਾ ਸਰਗਰਮ ਕਰਨ ਵਾਸਤੇ ਜਿਹੜਾ ਸਿੱਖ ਕੌਮ ਵਿੱਚ ਤਾਂ ਰੋਹ ਹੈ, ਪਰ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਇਸ ਸੰਬੰਧੀ ਕੋਈ ਫੋਰਨ ਐਕਸ਼ਨ ਨਹੀਂ ਲਿਆ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਸਭ ਤੋਂ ਪਹਿਲਾਂ ਭੈਣ ਜੀ ਜਿਹੜੀ ਮਜੀਠੀ ਨੇ ਜਿਹੜੀ ਇਹ ਸਭ ਤੋਂ ਮਾੜੀ ਘਟਨਾ ਕੀਤੀ ਹੈ ਇਸ ਘਟਨਾ ਦੇ ਸ਼ਾਇਦ ਮੈਂ ਦੱਸਣਾ ਚਾਹੂੰਗਾ ਆਪਣੇ ਸਾਰੇ ਸਰੋਤੇ ਸੁਣਨ ਵਾਲੇ ਵੀਰਾਂ ਦੱਸਣ ਦੀ ਕੋਸ਼ਿਸ਼ ਕਰਾਂਗਾ ਇਹਨੂੰ ਮਜੀਠੀ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਵੀ ਜੇਤਲੀ ਹੈ ਕੌਣ ਹੈ ਇਹ ਜੇਤਲੀ ਉਹ ਇਨਸਾਨ ਹੈ ਜਦੋਂ 1978 ਦੇ ਵਿੱਚ ਖੰਡ ਕੀਰਤਨੀ ਜਥੇ ਦੇ ਬਾਬਾ ਭਾਈ ਫੌਜਾ ਸਿੰਘ ਦੀ ਜਥੇ ਦੇ ਥੱਲੇ 13 ਸਿੰਘ ਸ਼ਹੀਦ ਕੀਤੇ ਸਨ ਉਸ ਨਰਕਧਾਰੀ ਗੁਰਬਚਨੇ ਨੇ ਜਦੋਂ ਇੰਡੀਆ ਦੀ ਹਕੂਮਤ ਨੇ ਉਹਨਾਂ ਦਾ ਕੇਸ ਅੰਮ੍ਰਿਤਸਰ ਤੋਂ ਬਦਲ ਕੇ ਹਰਿਆਣੇ ਵਿੱਚ ਕੀਤਾ ਤਾਂ ਇਹ ਉਹ ਇਨਸਾਨ ਵਕੀਲ ਸੀ ਜਿਹੜਾ ਉਸ ਕਾਤਲ ਗੁਰਬਚਨੇ ਨੂੰ ਬਚਾਉਣ ਵਾਸਤੇ ਉਹਦੀ ਵਕਾਲਤ ਪੂਰੀ ਕੀਤੀ ਸੀ ਉਹ ਆਦਮੀ ਹੈ ਤੇ ਇਸੇ ਹੀ ਪਾਰਟੀ ਦਾ ਦੂਸਰਾ ਆਦਮੀ ਜੋ 84 ਵਿੱਚ ਹੋਇਆ ਤਾਂ ਸਭ ਨੂੰ ਪਤਾ ਪਰ ਇਸੇ ਪਾਰਟੀ ਦਾ ਇੱਕ ਅੰਮ੍ਰਿਤਸਰ ਸ਼ਹਿਰ ਦਾ ਹੀ ਹਰਬੰਸ ਲਾਲ ਜਿਹੜਾ ਸੀ ਉਹਨੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜਾ ਬੱਸ ਸਟੈਂਡ ਉੱਤੇ ਇੱਕ ਬੜਾ ਵੱਡਾ ਗੁਰੂ ਦਰਬਾਰ ਸਾਹਿਬ ਦਾ ਜਿਹੜਾ ਮਾਡਲ ਲੱਗਾ ਸੀ ਉਹਨੂੰ ਤੜਵਾਇਆ ਤੜਵਾ ਕੇ ਉੱਥੇ ਸਿਮਟਾਂ ਵਗੈਰਾ ਲਾਉਣ ਦੀ ਕੋਸ਼ਿਸ਼ ਕੀਤੀ ਇਹਨੂੰ ਮਜੀਠੀ ਨੂੰ ਬੜਾ ਪਤਾ ਸੀ ਇਹਨੇ ਆਪਣੀ ਥੋੜੀ ਜਿਹੀ ਇੱਕ ਲੱਜ ਦੇ ਪਿੱਛੇ ਕੁਰਸੀ ਪਿੱਛੇ ਜਾਂ ਉਹਨਾਂ ਬਾਦਲਾਂ ਦੀ ਬੋਲੀ ਬੋਲਦਿਆਂ ਹੋਇਆ ਇਹਨੇ ਜੋ ਕੁਝ ਕੀਤਾ ਇਹ ਬਹੁਤ ਨਿੰਦਣਯੋਗ ਬਹੁਤ ਮਾੜਾ ਕਾਰਜ ਆ ਨਹੀਂ ਕਰ ਲਈ ਤੁਸੀਂ ਕੀਤੇ ਅਕਾਲ ਦਲ ਤੋਂ ਸਾਨੂੰ ਇਹਦੇ ਇੰਗੇਜ ਐਕਸ਼ਨ ਕਰਨ ਦੀ ਉਹ ਇਹ ਆ ਵੀ ਹਿੰਦੁਸਤਾਨ ਦੇ ਵਿੱਚ ਸਿੱਖਾਂ ਨੂੰ ਕਿਸੇ ਇਨਸਾਫ਼ ਦੀ ਕੋਈ ਆਸ ਨਹੀਂ ਤੇ ਅੱਜ ਦੇ ਹਾਲਾਤਾਂ ਦੇ ਵਿੱਚ ਬਾਦਲ ਦੇ ਰਾਹੀਂ ਬਾਦਲ ਕੋੜਵੇ ਦੇ ਰਾਹੀਂ ਆਰ ਐਸ ਐਸ ਦਾ ਕਬਜ਼ਾ ਜਿਹੜਾ ਉਹ ਅਕਾਲ ਦਲ ਤੇ ਹੋ ਚੁੱਕਾ ਉਸ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਇਨਸਾਫ਼ ਦੀ ਆਸ ਨਹੀਂ ਕਿ ਇਹਨੇ ਇਹਦਾ ਕਰਮ ਕੀਤਾ ਤੇ ਇਹਨੂੰ ਉਹਦੀ ਸੱਚੀ ਸਜ਼ਾ ਦਿੱਤੀ ਜਾਏਗੀ ਪਰ ਦੂਸਰੇ ਪੱਖ ਵਿੱਚ ਸਿੱਖ ਕੌਮ ਨੇ ਗੁਰੂ ਦੇ ਸਿੱਖਾਂ ਨੇ ਜਦੋਂ ਵੀ ਕਿਤੇ ਇਹੋ ਜਿਹੀ ਕੋਈ ਗੁਰੂ ਸਾਹਿਬਾਂ ਦੇ ਉਲਟ ਗੁਰੂ ਸਾਹਿਬਾਂ ਦੀ ਗੁਰਬਾਣੀ ਦੇ ਉਲਟ ਕਿਸੇ ਨੇ ਕੋਈ ਕਾਰਵਾਈ ਕੀਤੀ ਆ ਤੇ ਸਿੱਖਾਂ ਨੇ ਉਹਨਾਂ ਨੂੰ ਉਸਦੇ ਪਾਰਦੀ ਹੋਈ ਜਿਹੜੀ ਉਹਨੇ ਗਲਤੀ ਕੀਤੀ ਆ ਉਹਦੀ ਸਜ਼ਾ ਦੇਣ ਦੀ ਕੋਸ਼ਿਸ਼ ਕੀਤੀ ਆ ਉਦਾਹਰਣਾਂ ਸਾਡੇ ਸਾਹਮਣੇ ਨੇ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੰਦੇ ਹੋਣੀ ਸੁੱਕੇ ਹੋਣੀ ਤੇ ਹਵਾਰੇ ਹੋਣੀ ਵੀਰ ਪੈਦਾ ਹੁੰਦੇ ਰਹਿਣਗੇ ਜਿਹੜੇ ਇਹਨਾਂ ਨੂੰ ਦੱਸਣਗੇ ਆਪਣੇ ਵਿਚਾਰ ਸਾਂਝੇ ਕੀਤੇ ਸਾਡੇ ਸਿੱਖ ਸੰਗਤਾਂ ਦੇ ਨਾਲ ਇਸੇ ਤਰ੍ਹਾਂ ਬਾਕੀ ਸਵਾਲਾਂ ਲਈ ਵੀ ਅਸੀਂ ਤੁਹਾਨੂੰ ਸਮੇਂ ਇਸੇ ਤਰ੍ਹਾਂ TV84 ਤੇ ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਰਵਾਂਗੇ ਪਰ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵਿਊਅਰਸ ਅਸੀਂ ਇੱਥੇ ਤੁਹਾਡੇ ਵੀ ਜਾਤ ਲੈਂਦੇ ਹਾਂ ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।